ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਸੂਬੇ ਪੰਜਾਬ ਦੇ ਲਈ ਆ ਰਹੀ ਹੈ ਹੁਣੇ-ਹੁਣੇ ਇਸ ਕਲਾਕਾਰ ਦੇ ਚੰਡੀਗੜ੍ਹ ਵਿੱਚ ਚੱਲੀਆਂ ਗੋਲੀਆਂ ਹੋਇਆ ਗੰਭੀਰ ਜ਼ਖਮੀ ਹਾਲਤ ਨਾਜ਼ੁਕ ਸੋ ਵੀਡੀਓ ਪੂਰੀ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅੱਜਕੱਲ੍ਹ ਇਨਸਾਨੀ ਜ਼ਿੰਦਗੀ ਦਾ ਮੁੱਲ ਕੋੜੀ ਵੀ ਨਹੀਂ ਪੈਂਦਾ ਮਨੁੱਖ ਇਸ ਸਮੇਂ ਕਰੋਨਾ ਮਹਾਮਾਰੀ ਦੇ ਨਾਲ ਗ੍ਰਸਤ ਹੈ ਜਿਸ ਵਿੱਚ ਆਏ ਦਿਨ ਕਈ ਮੌਤਾਂ ਹੁੰਦੀਆਂ ਰਹਿੰਦੀਆਂ ਹਨ ਤੇ ਜਿਸ ਤੋਂ ਬਚਾਅ ਦਾ ਹਜੇ ਤੱਕ ਕੋਈ ਵੀ ਇਲਾਜ ਨਹੀਂ ਆਇਆ ਜੈਸੇ ਸਮੇਂ ਸਾਨੂੰ ਸਾਰਿਆਂ ਨੂੰ ਸਹਿਨਸ਼ੀਲਤਾ ਤੋਂ ਕੰਮ ਲੈਣਾ ਚਾਹੀਦਾ ਹੈ ਉੱਥੇ ਕੁਝ ਲੋਕ ਗੁੱਸੇ ਵਿੱਚ ਆ ਕੇ ਅਣਹੋਣੀ ਕਾਰ ਬੈਠਦੇ ਹਨ ਤੇ ਚੰਡੀਗੜ੍ਹ ਦੇ ਇੰਡਸਟਰੀਅਲ ਖੇਤਰ ਵਿੱਚ ਨਾਲ ਸੰਬੰਧਿਤ ਸਾਬਕਾ ਸੂਬਾ ਪ੍ਰਧਾਨ ਗੁਰਲਾੜ ਬਰਾਂਡ ਦੇ ਹਤਿਆ ਕਰ ਦਿੱਤੀ ਗਈ ਸੀ ਜਿਸ ਦਾ ਹਜੇ ਤੱਕ ਟਰੇਸ ਨਹੀਂ ਕੀਤਾ ਜਾ ਸਕਿਆ ਉੱਥੇ ਹੀ ਹੁਣ ਚੰਡੀਗੜ੍ਹ ਦੇ ਸੈਕਟਰ 9 ਵਿੱਚ ਉਸ ਵੇਲੇ ਹਫੜਾ-ਦੱਪੜੀ ਮਚ ਗਈ ਜਦੋਂ ਈਐਸਕੇ ਪੱਬ ਦੇ ਬਾਹਰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਇਸ ਘਟਨਾ ਵਿੱਚ ਮਸ਼ਹੂਰ ਟਿਕਟੌਕ ਸਟਾਰ ਕਲਾਕਾਰ ਜ਼ਖਮੀ ਹੋ ਗਿਆ ਜਿਸ ਨੂੰ ਕਲੱਬ ਦੇ ਬਾਹਰ ਮੈਂਬਰਾਂ ਦੁਆਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜ਼ਿਕਰਯੋਗ ਹੈ ਕਿ ਇਥੋਂ ਦੇ ਕਲੱਬ ਈਐਸਕੇ ਵਿੱਚ ਟਿਕਟੌਕ ਸਟਾਰ ਸੌਰਵ ਗੁੱਜਰ ਜੋ ਕਿ ਜੀਰਕਪੁਰ ਦੇ ਪ੍ਰੀਤ ਕਲੋਨੀ ਦਾ ਨਿਵਾਸੀ ਹੈ ਉਹ ਪਾਰਟੀ ਕਰ ਰਿਹਾ ਸੀ ਜਦੋਂ ਉਹ ਡਾਂਸਿੰਗ ਫਲੋਰ ਉੱਪਰ ਨੱਚ ਰਿਹਾ ਹੱਸਦਾ ਅਚਾਨਕ ਉਸ ਉੱਤੇ ਕਿਸੇ ਨਾਲ ਬਹਿਸ ਹੋ ਗਈ ਤੇ ਜਦੋਂ ਉਹ ਕਲੱਬ ਵਿੱਚ ਬਾਹਰ ਆਇਆ ਤਾਂ ਅਣਪਛਾਤੇ ਨੌਜਵਾਨਾਂ ਨੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ ਜੋ ਕਿ ਉਸਦੇ ਪੱਟ ਵਿੱਚ ਜਾ ਵੱਜੀ ਜਿਸ ਤੋਂ ਬਾਅਦ ਕਲਾਕਾਰ ਸੌਰਵ ਕਲੱਬ ਦੇ ਬਾਹਰ ਡੱਗ ਗਿਆ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੇ ਡੇਢ ਘੰਟੇ ਬਾਅਦ ਸਥਾਨ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਪੁਲਿਸ ਤੋਂ ਸੂਤਰਾਂ ਦੇ ਮੰਨਣ ਅਨੁਸਾਰ ਟਿਕਟੋਕ ਸਟਾਰ ਨਾਲ ਅਜਿਹਾ ਕਰਨ ਵਾਲੇ ਦਾ ਨਾਮ ਮੂਵੀਸ ਦੱਸਿਆ ਜਾ ਰਿਹਾ ਹੈ ਤੁਸੀਂ ਆਪਣੇ ਫੋਨ ਦੀ ਡਿਸਪਲੇ ਤੇ ਇਸ ਟਿਕਟੋਕ ਸਟਾਰ ਦੀ ਤਸਵੀਰ ਵੀ ਦੇਖ ਰਹੇ ਹੋ ਫਿਲਹਾਲ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਜਦੋਂ ਨਾਈਟ ਕਲੱਬ ਦੇ ਬਾਹਰ ਅਜਿਹਾ ਹੋਇਆ ਹੋਵੇ ਇਨ੍ਹਾਂ ਕਲੱਬਾਂ ਵਿੱਚ ਬੱਸ ਬਹੁਤ ਸਖਤ ਸਿਕਿਉਰਿਟੀ ਹੁੰਦੀ ਹੈ ਕਈ ਬੌਂਸਰ ਵੀ ਤਾਇਨਾਤ ਕੀਤੇ ਜਾਂਦੇ ਹਨ ਪਰ ਫਿਰ ਵੀ ਇਹੋ ਜਿਹੀਆਂ ਘਟਨਾਵਾਂ ਦਾ ਹੋਣਾ ਚਿੰਤਾ ਦਾ ਵਿਸ਼ਾ ਹੈ